ਇਸੀ ਤਰ੍ਹਾਂ ਚੱਲਦਾ ਰਿਹਾ ਤੇ ਆਉਣ ਵਾਲੇ ਸਮਿਆਂ 'ਚ ਧਰਨੇ ਲਾਉਣ ਲਈ ਪੰਜਾਹ ਪੰਜਾਹ ਬੰਦੇ ਵੀ ਨਹੀਂ ਮਿਲਿਆ ਕਰਦਾ ਆਕਰ ਉਹਦੀ ਆਦਤ ਇਹ ਸੋਡੀ ਪਾਈ ਹੋਈ ਐ ਇਹ ਗੱਲਬਾਤ ਕਰਨ ਦੇ ਲਈ ਸਰਕਾਰੀ ਦਫਤਰ ਨੇ ਸੈਕਟਰੀਏਟ ਐ ਸੀਐਮ ਹਾਊਸ ਐ ਸੀਐਮ ਦਾ ਦਫਤਰ ਐ ਕਹਿੰਦੇ ਉੱਥੇ ਆਓ ਰੋਡਾਂ ਤੇ ਬਹਿ ਕੇ ਕੀ ਹੱਲ ਕਰਾਓਗੇ ਤੁਸੀਂ ਕਦੇ ਗਏ ਹੋ ਸਾਹ ਮੁੱਖ ਮੰਤਰੀ ਨੂੰ ਮਿਲਣਾ ਤੁਸੀਂ ਜਾ ਕੇ ਦੇਖੋ ਨਾ ਮੁੱਖ ਮੰਤਰੀ ਨੂੰ ਨੇੜੇ ਨਹੀਂ ਲੱਗਣ ਦਿੰਦਾ ਕੋਈ ਆ ਜਿਹੜੇ ਕਾਦੀ ਨੇ ਇਹ ਸੜਕਾਂ ਦੇ ਦਰਖਤ ਵੜਵੜ ਕੇ ਡੇਕਦੇ ਰਹੇ ਨੇ ਅੱਜ ਤਾਂ ਸੜਕ ਤੇ ਬੰਦੀ ਬਿਠਾਉਣੇ ਆ ਲੋਕ ਚਾਰ ਨੂੰ ਨਹੀਂ ਜਾਂਦੇ ਸੜਕਾਂ ਤੇ ਉਹ ਫਸੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇੱਕ ਪੋਸਟ ਪਾਈ ਗਈ ਆ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਦੂਜੇ ਪਾਸੇ ਪੂਰੀ ਕਰੈਕਟ ਟਾਈਮਿੰਗ ਦੇ ਉੱਤੇ ਪ੍ਰੈਸ ਕਾਨਫਰੰਸ ਖਤਮ ਹੁੰਦੇ ਆ ਸਾਰ ਪੰਜਾਬ ਦੇ ਮੁੱਖ ਮੰਤਰੀ ਦੀ ਪੋਸਟ ਆ ਜਾਂਦੀ ਹੈ ਉਗਰਾਹਾਂ ਸਾਹਿਬ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਰੋੜਾਂ ਤੇ ਬੈਠਣ ਤੋਂ ਪਹਿਲਾਂ ਇਸ ਸੋਚਿਓ ਜ਼ਰੂਰ ਕਿ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਧਰਨੇ ਲਾਉਣ ਲਈ 50-50 ਬੰਦੇ ਵੀ ਨਹੀਂ ਮਿਲਿਆ ਕਰਨੇ। ਮਾਨ ਸਾਹਿਬ ਕਦੇ ਧਰਨਿਆਂ 'ਚ ਤੁਸੀਂ ਗਏ ਪਹਿਲਾਂ ਤੁਸੀਂ ਤਾਂ ਨਹੀਂ ਕਦੇ ਸੜਕਾਂ ਰੋਕੀਆਂ। ਜਦੋਂ ਇਹ ਆਪ ਨੇ ਇਹ 10000 ਦੇ ਦਾ ਧਰਨਾ ਲੱਗੇ ਸੜਕਾਂ 'ਤੇ ਬੈਠੇ ਸੀ ਉਦੋਂ ਉਹ ਜਿਹੜੀ ਜੰਤਰਮੰਤਰ ਉਹ ਸੜਕ ਨਹੀਂ ਸੀ ਜਿੱਥੇ ਤੁਸੀਂ ਬੈਠੇ ਸੀ। ਤੁਸੀਂ ਸੜਕਾਂ ਤੋਂ ਹੀ ਪੈਦਾ ਹੋਏ ਹੋ, ਤੁਸੀਂ ਧਰਨਿਆਂ 'ਚ ਵੀ ਪੈਦਾ ਹੋਏ ਹੋ। ਅੱਜ ਤੁਸਾਨੂੰ ਇਹ ਧਰਨੇ ਬੁਰੇ ਲੱਗਣ ਲੱਗੇ। ਪਹਿਲਾਂ ਤੁਸੀਂ ਐ ਕਹਿੰਦੇ ਹੁੰਦੇ ਸੀ ਇਹ ਆਮ ਪਾਰਟੀ ਹੈ ਸਿੱਧਾ ਅਦਾਲਤਾਂ ਸਰਕਾਰਾਂ ਦਾ ਪਿੰਡਾਂ ਤੋਂ ਚੱਲਿਆ ਕਰਨੀ ਆ ਅੱਜ ਇਹ ਕੋਠੀ 'ਚ ਬੈਠ ਕੇ ਬਿਆਨ ਦਿੰਨਾ ਤੂੰ ਨਾ ਲੋਕਾਂ ਦੇ ਵਿੱਚ ਜਾ ਕੇ ਪਰਨਾ ਪਾ ਕੇ ਗੱਲ 'ਚ ਜਾ ਕੇ ਸੁਣ ਉਹਨਾਂ ਦੀ ਸਮੱਸਿਆ ਕਹਿ ਭਾਈ ਦੱਸੋ ਕਾਦੇ ਵਾਸਤੇ ਭਾਈ ਤੁਸੀਂ ਬੈਠੇ ਹੋ ਕੀ ਸਮੱਸਿਆ ਦਾ ਹੱਲ ਹੈ ਉੱਥੇ ਸਾਰੀ ਮਸ਼ੀਨਰੀ ਨੂੰ ਬੁਲਾਵੇ ਪੁੱਛੇ ਦੱਸੋ ਇਹਨਾਂ ਨੇ ਕੀ ਸਮੱਸਿਆ ਭਾਈ ਫੌਰੀ ਹੱਲ ਕਰੋ ਲੋਕ ਤਾਂ ਧਰਨਾ ਇੱਕ ਮਿੰਟ ਚੱਕ ਕੇ ਘਰ ਨੂੰ ਵਗ ਜਾਣਗੇ ਕਿਹਦਾ ਜੀ ਕਰਦਾ ਸੜਕਾਂ 'ਤੇ ਬੈਠਣ ਨੂੰ ਇਸ ਕਰਕੇ ਬੇਤੁਕੇ ਬਿਆਨ ਸਰਕਾਰ ਨੂੰ ਨਹੀਂ ਦੇਣੇ ਚਾਹੀਦੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਉਗਰਾਸਾ ਪੋਸਟ ਦੇ ਵਿੱਚ ਦੀ ਸਭ ਤੋਂ ਜ਼ਰੂਰੀ ਗੱਲ ਕਹਿੰਦੇ ਕਿ ਇਹ ਗੱਲਬਾਤ ਕਰਨ ਦੇ ਲਈ ਸਰਕਾਰੀ ਦਫ਼ਤਰ ਨੇ ਸੈਕਟਰੀਏਟ ਹੈ, ਸੀਐਮ ਹਾਊਸ ਹੈ, ਸੀਐਮ ਦਾ ਦਫ਼ਤਰ ਹੈ ਕਹਿੰਦੇ ਉੱਥੇ ਆਓ ਰੋੜਾਂ ਤੇ ਬਹਿ ਕੇ ਕੀ ਹੱਲ ਕਰਾਉਂਗੇ ਸਾਡੇ ਤੋਂ ਤੁਸੀਂ ਕਦੇ ਗਏ ਹੋ ਸਰ ਮੁੱਖ ਮੰਤਰੀ ਨੂੰ ਮਿਲਣ ਤੁਸੀਂ ਜਾ ਕੇ ਦੇਖੋ ਨਾ ਮੁੱਖ ਮੰਤਰੀ ਨੂੰ ਨੇੜੇ ਨਹੀਂ ਲੱਗਣ ਦਿੰਦਾ ਕੋਈ ਮੁੱਖ ਮੰਤਰੀ ਦੇ ਕੋਲ ਨਹੀਂ ਲੱਗਣ ਦਿੰਦਾ ਕੋਈ ਕੋਈ ਗੱਲ ਕਿਸੇ ਇਕੱਲੇ ਕਰੇ ਤੇ ਬੰਦੇ ਤੇ ਜਾ ਕੇ ਚਾਰ ਬੰਦੇ 10 ਬੰਦੇ ਜਾ ਕੇ ਗੱਲ ਕਰਨ ਜਾਣ ਜਿਵੇਂ ਅਸੀਂ ਛੋਟੇ ਨਾਲ ਗੱਲ ਕਰਨੇ ਕੋਈ ਨਹੀਂ ਸੁਣਦਾ ਗੱਲ ਸੁਣਨ ਦਾ ਤਰੀਕਾ ਹੀ ਇਹ ਹੈ ਸੁਣਦੇ ਤੁਸੀਂ ਫਿਰ ਜੇ ਸ਼ਰਤਾਂ ਤੇ ਬੰਦੇ ਨੇ ਰੇਲਾਂ ਤੇ ਬੰਦੇ ਨੇ ਤਾਂ ਸੁਣਦੇ ਹੋ ਜਾਂ ਕਿਸੇ ਦੀ ਗੱਡੀ ਘੇੜਦੇ ਨੇ ਤਾਂ ਸੁਣਦੇ ਹੋ ਆ ਘਰੋ ਦੀ ਆਦਤ ਇਹ ਸੋਡੀ ਪਾਈ ਹੋਈ ਐ ਅਸੀਂ ਤਾਂ ਜਾਣਦੇ ਵੀ ਨਹੀਂ ਸੀ ਵੀ ਐ ਸਰਕਾਰ ਨਿਕਲਦੀ ਹੁੰਦੀ ਐ ਇਹ ਤੁਸੀਂ ਕਰਦੇ ਰਿਹਾ ਸਾਰਾ ਕੁਝ ਤੁਸੀਂ ਕਰਕੇ ਹਾਂ ਨਾ ਹਜ਼ਾਰਾਂ ਦਾ ਧਰਨੇ ਲੱਗਿਆ ਸੀ ਨਾ ਉੱਥੇ ਦਿੱਲੀ ਜੰਤਰ ਮੰਤਰ ਦੇ ਉੱਤੇ ਇਹ ਇਹ ਸੋਡੇ ਤੁਸੀਂ ਧਰਨੇ ਲਾ ਕੇ ਤੁਸੀਂ ਸਿਖਾਇਆ ਲੋਕਾਂ ਨੂੰ ਇਹ ਸੋਡੇ ਤੋਂ ਸਿੱਖੇ ਹੋਏ ਲੋਕ ਨੇ ਆ ਜਿਹੜਾ ਕੁਝ ਤੁਸੀਂ ਸਰਕਾਰਾਂ ਪਹਿਲਾਂ ਅਮਰਿੰਦਰ ਵੀ ਕਰਦਾ ਰਿਹਾ ਗੱਡੀਆਂ ਦੇ ਚੈਨਾਂ ਖਿੱਚਦਾ ਰਿਹਾ ਜਿੰਨੀਆਂ ਸਰਕਾਰਾਂ ਆਈਆਂ ਨੇ ਸਾਰੇ ਆ ਜਿਹੜੇ ਕਾਦੀ ਨੇ ਇਹ ਛੜਕਾਂ ਦੇ ਦਰਖਤ ਵੜਵੜ ਕੇ ਡੇਕਦੇ ਰਹੇ ਨੇ ਅਜੇ ਤੱਕ ਛੜਕ ਤੇ ਬੰਦੀ ਬਿਠਾਉਨੇ ਆ ਅਜੇ ਤੱਕ ਇਹਨੇ ਬੰਦੇ ਨੂੰ ਪਰ ਹਟਾ ਦਿੰਨੇ ਆ ਠੀਕ ਆ ਬੰਦੇ ਹਟ ਜਾਂਦੇ ਨੇ ਛੜਕ ਖਾਲੀ ਹੋ ਜਾਂਦੀ ਐ ਇਹਦਾ ਦਰਖਤ ਵੜਵੜ ਕੇ ਡੇਕਦੇ ਨੇ ਜੇ ਪ੍ਰੋਪਰਟੀ ਦਾ ਨੁਕਸਾਨ ਕਰਦੇ ਨੇ ਇਸ ਦਾ ਨੁਕਸਾਨ ਵੀ ਨਹੀਂ ਕਦੇ ਕੀਤਾ ਐਡਾ ਕੁਝ ਕਰਦੇ ਰਹੀਆਂ ਨੇ ਸਰਕਾਰਾਂ ਵਾਲੇ ਜਿਹੜੇ ਹਾਕਮ ਤੇ ਰਾਜ ਚ ਜਿਹਨਾਂ ਦੀ ਕੁਰਸੀਆਂ ਤੇ ਬਿਰਾਜਮਾਨ ਰਹੇ ਨੇ ਤੁਸੀਂ ਮਾਨ ਸਾਹਿਬ ਇਹਨੂੰ ਵਿਚਾਰੋ ਥੋੜਾ ਜਆ ਲੋਕਾਂ ਦੀ ਲੜਾਈ ਐ ਲੋਕ ਚਾਹ ਨੂੰ ਨਹੀਂ ਜਾਂਦੇ ਛੜਕਾਂ ਤੇ ਉਹ ਫਸੇ ਹੋਏ ਨੇ ਉਹਨਾਂ ਦੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪ੍ਰਬੰਧਕ ਆਖਰੀ ਸਵਾਲ ਮੇਰਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਪ੍ਰੈਸ ਕਾਨਫਰੰਸ ਕਰਕੇ ਕਿ ਇੱਕ ਵੱਡਾ ਇਕੱਠ ਚੰਡੀਗੜ੍ਹ ਵੱਲ ਲੈ ਕੇ ਆਉਣ ਜਾ ਰਹੇ ਹਾਂ 26 27 ਤੇ 28 ਤਰੀਕ ਦਾ ਤੁਹਾਡਾ ਪ੍ਰੋਗਰਾਮ ਜਿਹੜਾ ਜਿਸ ਹਿਸਾਬ ਦੇ ਨਾਲ ਦੱਸਿਆ ਗਿਆ ਇਸ ਦੇ ਵਿੱਚ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦੀ ਸਪੋਸਟ ਤੋਂ ਬਾਅਦ ਇਕੱਠ ਕਰ ਸਕੋਗੇ ਉਸ ਵੱਡੇ ਪਦਰ ਤੇ ਕਿਸਾਨਾਂ ਨੂੰ ਰਿਲੀਆ ਸਕੋਗੇ ਦੇਖੋ ਮੁੱਖ ਮੰਤਰੀ ਸਾਹਿਬ ਕੀ ਸੋਚਦੇ ਆ ਇਕੱਠ ਦੇ ਬਾਰੇ ਇਹ ਤਾਂ ਉਹਨਾਂ ਨੂੰ ਪਤਾ ਹੋਣਾ ਪਰ ਆਪਦੇ ਪੂਰਾ ਜ਼ੋਰ ਲਾ ਕੇ ਅਸੀਂ ਆਵਾਂਗੇ ਵੱਡਾ ਘੱਟ ਸੜੀ ਹੋਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਸਾਰੀਆਂ ਜਥੇਬੰਦੀਆਂ ਇਸ ਗੱਲ ਤੇ ਲੱਗੀਆਂ ਹੋਈਆਂ ਨੇ ਤੇ ਅਸਲੀ ਲੋਕਾਂ ਦਾ ਮੁੱਦਾ ਹੈ ਲੋਕਾਂ ਦੀ ਸਮਝ ਆ ਹੋਇਆ ਉਹ ਅਸੀਂ ਹਰ ਹਾਲ ਇਹ ਮੋਰਚਾ ਤਿੰਨ ਦਿਨ ਹੀ ਰਹੂਗਾ ਕਿ ਉਸ ਤੋਂ ਬਾਅਦ ਪੱਕਾ ਵੀ ਨਹੀਂ ਇਹ ਤਿੰਨ ਦਿਨ ਰਹੂਗਾ ਤਿੰਨ ਦਿਨ ਚੱਲੂਗਾ ਉਸ ਤੋਂ ਬਾਅਦ ਅਸੀਂ ਅੱਗੇ ਅੱਗੇ ਪੱਕਾ ਤਾਂ ਨਹੀਂ ਹੋ ਸਕਦਾ ਨਹੀਂ ਨਹੀਂ ਪੱਕਾ ਨਹੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਸੋਇ ਸੰ ਜੋਗਿੰਦਰ ਸਿੰਘ ਜੇਕਰ ਆਹਾਂ ਜਨਤਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਸਾਫ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਟਿੱਕਾ ਟਿੱਪਣੀ ਕੀਤੀ ਹੈ ਸਰਕਾਰ ਨੂੰ ਕਿਹਾ ਕਿ ਧਰਨੇ ਲਾਉਣ ਦੀ ਆਦਤ ਸਾਨੂੰ ਸਰਕਾਰਾਂ ਨੇ ਪਾਈ ਹੈ ਸਰਕਾਰਾਂ ਤੋਂ ਅਸੀਂ ਧਰਨੇ ਲਾ ਤੁਸੀਂ ਸਿੱਖੇ ਹੋਈਏ ਜਾਂ ਫਿਰ ਅੱਜ ਦੇ ਮੌਜੂਦਾ ਹਾਲਾਤ ਤੋਂ ਸਿੱਖੇ ਹੋਈਏ